Assalamu alaikum, ladies and gentlemen. ਤੁਸੀਂ ਤੱਕਨੇ ਪਿਓ ਹਮਾਰਾ ਕਸ਼ਮੀਰ ਮੈਂ ਮੁਹੰਮਦ ਅਜ਼ਾਦ ਅੱਜ ਅਸਾਂ ਕੋਟਲੀ ਸ਼ਹਿਰ ਦੇ ਬਿਲਕੁਲ ਸਾਹਮਣੇ ਰੋਡ ਉੱਪਰ ਖਲੋਤੇ ਹਾਂ ਅਤੇ ਅੱਜ ਅਸਾਂ ਜਾਣਾ ਵਾ ਇੱਧਰੋਂ ਇੱਕ ਅੰਦਰੋਂ ਰਸਤਾ ਜਾਣਾ ਫਗੋਸ਼ ਤੋਂ ਕੋਈ ਰਟੇਲ ਹਿੱਸਾ ਹੈ ਅਸਾਂ ਨੇ ਅੱਜ ਕੋਈ ਦਿਲ ਕੀਤਾ ਕਿ ਤੁਸੀਂ ਅੰਦਰੂਨੀ ਮਨਾਜ਼ਰ ਚੈੱਕ ਕਰਾਏ ਜਾਓ ਕਿਉਂ ਜੀ ਰਮਾਨ ਸਾਹਿਬ ਅੱਜ ਨਵਾਂ ਰਸਤਾ ਅਖਤਿਆਰ ਕੀਤਾ ਹੈ ਔਰ ਰਸਤਾ ਜਿਹੜਾ ਘੱਟ ਵੱਧ ਇਸਤੇਮਾਲ ਹੋਣਾ ਹੈ ਆਵਾਮ ਕੀ ਕਿਸੇ ਪਤਾ ਹੈ ਕਿਸੇ ਕੀ ਨਹੀਂ ਪਤਾ ਅੱਜ ਤੁਸਾਂ ਕੀ ਉਹ ਰਸਤਾ ਚੈੱਕ ਕਰਵਾਉਣੇ ਆ ਸਾਹਮਣੇ ਬੋਰਡ ਲੱਗੇ ਆ ਅਸਿਸਟੈਂਟ ਕਮਿਸ਼ਨਰ ਰਾਜਾ ਮੁਹੰਮਦ ਅਜ਼ੀਮ ਖਾਨ ਰੋਡ ਚੜ੍ਹਾਈ ਹੈ ਥੋੜ੍ਹੀ ਜਿਹੀ ਸਟਾਰਟਿੰਗ ਵੀ ਤਾਂ ਬਾਕੀ ਅੱਗੇ ਫਿਰ ਮਾਮਲਾ ਜਿਹੜੇ ਨਾ ਸਿੱਧੇ ਹੋ ਜਾਣੇ ਕੋਈ ਰੋਡ ਦੀ ਹਾਲਤ ਖਰਾਬ ਹੈ ਥੋੜ੍ਹੀ ਜਿਹੀ ਬਾਕੀ ਠੀਕ ਹੈ ਸੜਕ ਵੀ ਕਿਤੇ ਬਣੀ ਦਾ ਸੀ ਸਾਰਾ ਇਹ ਕਦੇ ਨਾ ਕਦੇ ਬਣੀ ਸੀ ਰਾਤੀ ਇੱਕ ਚੜ੍ਹਾਈ ਲੱਗਣੀ ਹੈ ਸਟਾਰਟਿੰਗ ਜੀ ਉਸ ਤੋਂ ਬਾਅਦ ਉਤਰਾਈ ਹੈ ਮਦਾਨੀ ਇਲਾਕਾ ਹੈ ਫਗੋਸ਼ कश्मीर का खूबसूरत इलाका फगोश और जूं जूं हम नीचे उतरेंगे अब आबादी भी आएगी उस तरफ नीचे तो इस इलाके को आप बहुत गौर से देखें कितनी प्यारी और खूबसूरत ये जगह है ये उधर से आप आए तो खली चढ़ाई है इधर से उतराई है लोग इधर फोटोग्राफी भी कर रहे आते हैं वो देखिए ना दिन में लाइट ऑन है और तस्वीर बनाई जा रही है सेल्फिश पोज भी भाई का बहुत अच्छा है अखीरी पोज है बहुत ऊंचे ऊंचे पहाड़ हैं यहाँ पे जब यहाँ से लंघते हैं हमें ये हसीन वादियाँ नज़र आती हैं तो हम सोचते हैं कि आपको भी दसें ये सामने यार वो डैम बना रहे क्या बना रहे ये कुछ कुछ तो बना रहे हैं वो देखो कुछ है नहीं ये को नया जा रही है पता चलता है ये तो मैंने पहली दफ़ा देखी है बड़ी ओपी नहर है यार पथरीली ਫੌਜੀਆਂ ਨੂੰ ਵੈਲਕਮ ਹੈ हो गया
ਰਸਤਾ ਯਾਰ ਰਸਤੇ ਮੇਂ ਅਗਰ ਕੋਈ ਬੱਟਾ ਛਿਟਾ ਵੀ ਹੋ ਨਾ ਤੋ ਉਸਕੋ ਚੁਗਨਾ ਪੜਤਾ ਹੈ ਰਸਤਾ ਸਾਫ ਰੱਖਣਾ ਚਾਹੀਦਾ ਬਿਲਕੁਲ ਯਹੀ ਅੱਛੇ ਇਨਸਾਨ ਕੀ ਪਹਿਚਾਨ ਹੋਤੀ ਹੈ फगोश और ये बहुत ही नायाब फूल जो रेड कलर में अभी बने हैं वो कोयल है वाह कोयल की आवाज सुन सकते हैं आप नाज़रीन ये एक छोटा सा कास है कास में मछलियां भी हैं छोटी छोटी कास जब जैसे बिखरता है तो गाड़ी थोड़ी सी खुल हो जाती है मछलियां भी हैं Thank you.
ਫਾਗੋਸ਼ ਵਾਲੇ ਰਸਤੇ ਚੋਂ ਬਾਹਰ ਨਿਕਲਣ ਲੱਗੇ ਹਾਂ ਅਤੇ ਹਾਈਵੇ ਆਈ ਆ ਕੋਈ ਰੱਟੇ ਵਾਲਾ ਕੋਟਲੀ ਵਾਲਾ ਹਾਈਵੇ ਇਸ ਟਾਈਮ ਅਸਾਂ ਹੁਣ ਰੱਟੇ ਜਾਣਾ ਤਾਂ ਅਸਾਂ ਹੁਣ ਲੈਫਟ ਹੋਈ ਦਾ ਰਾਈਟ ਆ ਲੈਫਟ ਇਹ ਹੋਈ ਆ ਜੀ ਮੋਟਰਸਾਈਕਲ ਵੀ ਆਈ ਆ ਅਤੇ ਮੇਰਾ ਵੀ ਆਉਣਾ ਇਹ ਹੋਈ ਆ ਰਾਈਟ ਤੇਰੇ ਲਈ ਪਾਸੇ ਲੈਫਟ ਕਰਨਾ ਚਲੇ ਅਸੀਂ ਕੋਟਲੀ ਵਾਪਸ ਜੀ ਜੀ ਖੂਬਸੂਰਤ ਹਾਈਵੇ ਕੋਈ ਰੱਟਾ ਰੋਡ ਇਨਸ਼ਾ ਅੱਲਾ ਜ਼ਿੰਦਗੀ ਰਹੀ ਅਤੇ ਫਿਰ ਮੁਲਾਕਾਤ ਹੋਸੀ